ਲੇਕਿਨ ਅੱਜ ਕੱਲ੍ਹ ਜੇ 25 ਸਾਲ ਦੇ 26 ਸਾਲ ਦੇ ਬੱਚੇ ਕਹਿੰਦੇ ਸਾਡੇ ਗੋਡੇ 'ਚ ਕੜਕ ਕਰਦੇ ਆ, ਆਵਾਜ਼ਾਂ ਆਉਂਦੀਆਂ ਨੇ, ਸਾਡੇ ਗੋਡੇ ਦੁਖਦੇ ਨੇ, ਇਹਦਾ ਕੀ ਮੇਨ ਕਾਰਨ ਤੁਸੀਂ ਮੰਨਦੇ ਹੋ? ਦੇਖੋ, ਇਹਦਾ ਸਭ ਤੋਂ ਵੱਡਾ ਕਾਰਨ ਹੈ ਸਾਡਾ ਲਾਈਫ ਸਟਾਈਲ। ਛੋਟੀ ਏਜ ਤੋਂ ਹੀ ਅਸੀਂ ਚੋਕਲੇਟਸ ਖਾਣੀ ਸ਼ੁਰੂ ਕਰ ਦਿੰਦੇ ਹਾਂ। ਹੁਣ ਚੋਕਲੇਟ ਕੀ ਹੈ? ਚੋਕਲੇਟ 'ਚ ਮਿਲਕ ਹੈ, ਦੁੱਧ ਹੈ, ਚੀਨੀ ਹੈ, ਸਭ ਤੋਂ ਜ਼ਿਆਦਾ ਦੋਨੋਂ ਹੀ ਚੀਜ਼ਾਂ ਐਸਿਡਿਕ ਹੈ। ਜਿਹੜੀ ਜਿਹੜੀ ਚੀਜ਼ ਛੱਡਣੀ ਹੈ ਉਹ ਬਹੁਤ ਇੰਪੋਰਟੈਂਟ ਹੈ। ਤੁਸੀਂ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕਰੋਗੇ, ਕੋਈ ਵੀ ਨਹੀਂ ਕਰੇਗਾ, ਵੀ ਦੁੱਧ ਪੀਓ ਕੈਲਸ਼ੀਅਮ ਬਣੇਗਾ ਅਤੇ ਹੱਡੀ ਮਜ਼ਬੂਤ ਹੋਏਗੀ। ਸਾਇੰਸ ਕਹਿੰਦੀ ਹੈ ਜਦੋਂ ਵੀ ਬੋਡੀ 'ਚ ਕੋਈ ਚੀਜ਼ ਜਾਂਦੀ ਹੈ ਉਹ ਸਭ ਤੋਂ ਪਹਿਲੇ ਬ੍ਰੇਕਡਾਊਨ ਹੁੰਦੀ ਹੈ, ਉਸ ਤੋਂ ਬਾਅਦ ਉਹ ਐਬਜ਼ੋਰਬ ਹੁੰਦੀ ਹੈ ਬੋਡੀ 'ਚ, ਫਿਰ ਉਹ ਸਰੀਰ ਉਸ ਚੀਜ਼ ਨੂੰ ਬਾਹਰ ਕੱਢਦਾ। ਦੁੱਧ ਜਦੋਂ ਬ੍ਰੇਕ ਹੁੰਦਾ ਉਹ ਸਲਫਰ ਦੀ ਫੈਮਿਲੀ ਦੇ ਅਮਾਈਨੋ ਐਸਿਡਸ ਬਣਾਉਂਦਾ, ਉਹ ਅਮਾਈਨੋ ਐਸਿਡ ਬੋਡੀ 'ਚ ਐਸਿਡਿਟੀ ਵਧਾਉਂਦੇ ਹੈ। ਇਹ ਸਭ ਤੋਂ ਪਹਿਲੇ ਤਾਂ ਜਿਹਨੂੰ ਵੀ ਬੋਨ ਦੀ ਇਹ ਪ੍ਰੋਬਲਮ ਹੈ ਉਹਨੂੰ ਦੁੱਧ ਛੱਡ ਦੇਣਾ ਚਾਹੀਦਾ ਜੀ, ਬਿਲਕੁਲ। ਔਰ ਸੈਕਿੰਡ ਜਿਹੜੀ ਇੰਪੋਰਟੈਂਟ ਚੀਜ਼ ਹੈ ਚੀਨੀ, ਚੀਨੀ ਵੀ ਐਸਿਡਿਕ ਹੈ ਸਾਡੀ। ਚੀਨੀ ਦਾ ਸਾਡੇ ਕਿਚਨ 'ਚ ਬਹੁਤ ਅੱਛਾ ਵਿਕਲਪ ਹੈ ਗੁੜ, ਜੈਗਰੀ ਜਿਹਨੂੰ ਆਪਾਂ ਕਹਿੰਦੇ ਹਾਂ, ਤੁਸੀਂ ਜੈਗਰੀ ਦਾ ਯੂਜ਼ ਕਰੋ, ਚੀਨੀ ਨੂੰ ਛੱਡ ਦਿਓ, ਤੁਹਾਨੂੰ ਓਸਟੀਓਪੋਰੋਸਿਸ ਨਹੀਂ ਹੋਏਗਾ। ਥਰਡ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਆਇਓਨਾਈਜ਼ਡ ਸਾਲਟ, ਸਫੇਦ ਨਮਕ ਜਿਹਨੂੰ ਆਪਾਂ ਕਹਿੰਦੇ ਹਾਂ। ਇਹਦਾ ਵੀ ਤੁਹਾਡੀ ਕਿਚਨ 'ਚ ਹੀ ਸਬਸਟੀਚਿਊਟ ਪਿਆ, ਸੈਂਦਾ ਨਮਕ। ਆਇਓਨਾਈਜ਼ ਸਾਲਟ ਤੁਸੀਂ ਛੱਡ ਦਿਓ, ਸੈਂਦੇ ਨਮਕ ਨੂੰ ਤੁਸੀਂ ਯੂਜ਼ ਕਰੋ। ਸਿਰਫ ਅਸੀਂ ਇਹ ਤਿੰਨ ਚੀਜ਼ਾਂ ਉਹਨਾਂ ਦੀ ਬਦਲਨੇ ਆ, ਅਤੇ ਸਾਡੇ ਕੁਛ ਐਸੇ ਸਪਲੀਮੈਂਟਸ ਹੈਗੇ ਹੈਲਥ ਸਪਲੀਮੈਂਟਸ ਜਿਨ੍ਹਾਂ ਨੂੰ ਅਸੀਂ ਐਡ ਕਰਨੇ ਆ। ਉਹ ਹੈਲਥ ਸਪਲੀਮੈਂਟਸ ਯੂਜ਼ ਕਰਕੇ 3 ਤੋਂ 4 ਮਹੀਨੇ ਦੇ ਅੰਦਰ ਪੇਸ਼ੈਂਟ ਸਾਨੂੰ ਇਹ ਕਹਿ ਦਿੰਦਾ ਕਿ ਮੈਂ ਹੁਣ ਬਿਲਕੁਲ ਠੀਕ ਹਾਂ। ਡਾਕਟਰ ਸਾਹਿਬ, ਪਹਿਲਾਂ ਜੇ ਅਸੀਂ ਗੱਲ ਕਰੀਏ ਨਾ, ਪਹਿਲਾਂ 35-40 ਸਾਲਾਂ ਦੀ ਉਮਰ ਦਾ ਜਿਹੜਾ ਬੰਦਾ ਹੁੰਦਾ ਸੀ ਨਾ, ਉਹਨੂੰ ਗੋਡਿਆਂ ਦੀ ਦਿੱਕਤ ਰਹਿੰਦੀ ਸੀਗੀ, ਹੈ ਨਾ, ਉਹਨਾਂ ਨੂੰ ਆਰਥਰਾਈਟਸ ਦੀ ਪ੍ਰੋਬਲਮ ਆਉਂਦੀ ਸੀ। ਲੇਕਿਨ ਅੱਜ ਕੱਲ੍ਹ ਜੇ 25 ਸਾਲ ਦੇ 26 ਸਾਲ ਦੇ ਬੱਚੇ ਕਹਿੰਦੇ ਸਾਡੇ ਗੋਡੇ 'ਚ ਕੜਕ ਕਰਦੇ ਆ, ਆਵਾਜ਼ਾਂ ਆਉਂਦੀਆਂ ਨੇ, ਸਾਡੇ ਗੋਡੇ ਦੁਖਦੇ ਨੇ, ਇਹਦਾ ਕੀ ਮੇਨ ਕਾਰਨ ਤੁਸੀਂ ਮੰਨਦੇ ਹੋ? ਦੇਖੋ, ਇਹਦਾ ਸਭ ਤੋਂ ਵੱਡਾ ਕਾਰਨ ਹੈ ਸਾਡਾ ਲਾਈਫ ਸਟਾਈਲ। ਛੋਟੀ ਏਜ ਤੋਂ ਹੀ ਅਸੀਂ ਚੋਕਲੇਟਸ ਖਾਣੀ ਸ਼ੁਰੂ ਕਰ ਦਿੰਦੇ ਹਾਂ। ਹੁਣ ਚੋਕਲੇਟ ਕੀ ਹੈ? ਚੋਕਲੇਟ 'ਚ ਮਿਲਕ ਹੈ, ਦੁੱਧ ਹੈ, ਚੀਨੀ ਹੈ, ਸਭ ਤੋਂ ਜ਼ਿਆਦਾ ਦੋਨੋਂ ਹੀ ਚੀਜ਼ਾਂ ਐਸਿਡਿਕ ਹੈ। ਜਦੋਂ ਐਸਿਡਿਕ ਚੀਜ਼ ਬੋਡੀ ਦੇ ਅੰਦਰ ਜਾਏਗੀ, ਜਦੋਂ ਉਹ ਚੀਜ਼ ਬੋਡੀ ਦੇ ਅੰਦਰ ਜਾਂਦੀ ਹੈ ਤਾਂ ਉਹ ਕੈਲਸ਼ੀਅਮ ਨੂੰ ਬਾਹਰ ਕੱਢ ਲੈਂਦੀ ਹੈ। ਜਦੋਂ ਕੈਲਸ਼ੀਅਮ ਨੂੰ ਬਾਹਰ ਕੱਢਦੀ ਹੈ ਤਾਂ ਬੋਨ ਸਾਡੀ ਵੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਬੋਨ ਵੀਕ ਹੋਏਗੀ, ਓਸਟੀਓਪੋਰੋਸਿਸ ਹੋਏਗਾ, ਉਹਦੇ ਨਾਲ ਸਾਡੀ ਜਿਹੜੀ ਹੱਡੀ ਹੈ ਉਹ ਕਮਜ਼ੋਰ ਹੋਏਗੀ ਅਤੇ ਉਹ ਓਸਟੀਓਆਰਥਰਾਈਟਿਸ ਪਾਸੇ ਪੇਸ਼ੈਂਟ ਮੂਵ ਕਰ ਜਾਂਦਾ ਹੈ। ਜਿਵੇਂ ਹੀ ਇਹ ਚੀਜ਼ਾਂ ਤੋਂ ਬਚਣ ਵਾਸਤੇ ਸਾਨੂੰ ਆਪਣੀ ਡਾਇਟ ਚੇਂਜ ਕਰਨਾ ਚਾਹੀਦਾ ਤਾਂ ਕਿ ਓਸਟੀਓਪੋਰੋਸਿਸ ਨਾ ਹੋਵੇ, ਸਾਡੀ ਬੋਨ ਸਟਰੋਂਗ ਰਹੇ। ਇਹਦੇ ਵਾਸਤੇ ਸਭ ਤੋਂ ਵੱਡੀ ਚੀਜ਼ ਹੈ, ਕੁਛ ਕੁ ਐਸੀ ਚੀਜ਼ਾਂ ਹੈ ਜਿਹੜੀ ਸਾਡੀ ਕਿਚਨ 'ਚ ਹੈਗੀਆਂ ਅਤੇ ਉਹਨਾਂ ਨੂੰ ਅਸੀਂ ਯੂਜ਼ ਕਰਨਾ, ਕੁਛ ਕਿਚਨ ਦੀ ਐਸੀ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਛੱਡਣਾ। ਓਕੇ, ਜਿਵੇਂ ਜਿਹੜੀ ਜਿਹੜੀ ਚੀਜ਼ ਛੱਡਣੀ ਹੈ ਉਹ ਬਹੁਤ ਇੰਪੋਰਟੈਂਟ ਹੈ। ਤੁਸੀਂ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕਰੋਗੇ, ਕੋਈ ਵੀ ਨਹੀਂ ਕਰੇਗਾ, ਕਿਉਂਕਿ ਇਹ ਡਾਇਰੈਕਟ ਰਿਲੇਸ਼ਨ ਹੈਗਾ ਹਿੰਦੁਸਤਾਨ 'ਚ। ਤੁਸੀਂ ਦੇਖੋਗੇ ਵੀ ਦੁੱਧ ਪੀਓ ਕੈਲਸ਼ੀਅਮ ਬਣੇਗਾ ਅਤੇ ਹੱਡੀ ਮਜ਼ਬੂਤ ਹੋਏਗੀ। ਪਰ ਜਦੋਂ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ, ਸਾਇੰਸ 'ਚ ਇਹ ਬਿਲਕੁਲ ਰਿਵਰਸ ਹੈ। ਸਾਇੰਸ ਕਹਿੰਦੀ ਹੈ ਜਦੋਂ ਵੀ ਬੋਡੀ 'ਚ ਕੋਈ ਚੀਜ਼ ਜਾਂਦੀ ਹੈ ਉਹ ਸਭ ਤੋਂ ਪਹਿਲੇ ਬ੍ਰੇਕਡਾਊਨ ਹੁੰਦੀ ਹੈ, ਉਸ ਤੋਂ ਬਾਅਦ ਉਹ ਐਬਜ਼ੋਰਬ ਹੁੰਦੀ ਹੈ ਬੋਡੀ 'ਚ, ਫਿਰ ਉਹ ਸਰੀਰ ਉਸ ਚੀਜ਼ ਨੂੰ ਬਾਹਰ ਕੱਢਦਾ। ਇਹ ਤਿੰਨੋਂ ਸਟੈਪ ਦੇ ਵਿੱਚ ਦੁੱਧ ਨੂੰ ਜਦੋਂ ਅਸੀਂ ਦੇਖਦੇ ਹਾਂ ਨਾ, ਦੁੱਧ ਜਿਹੜਾ ਹੈ, ਦੁੱਧ ਜਦੋਂ ਬ੍ਰੇਕ ਹੁੰਦਾ ਉਹ ਸਲਫਰ ਦੀ ਫੈਮਿਲੀ ਦੇ ਅਮਾਈਨੋ ਐਸਿਡਸ ਬਣਾਉਂਦਾ, ਉਹ ਅਮਾਈਨੋ ਐਸਿਡ ਬੋਡੀ 'ਚ ਐਸਿਡਿਟੀ ਵਧਾਉਂਦੇ ਹੈ। ਜਿਵੇਂ ਹੀ ਐਸਿਡਿਟੀ ਵਧਦੀ ਹੈ ਉਵੇਂ ਹੀ ਬੋਡੀ ਦੀ ਪੀ ਐੱਚ 7.4 ਤੋਂ ਥੱਲੇ ਆਉਂਦੀ ਹੈ 7.3 ਦੇ ਪਾਸੇ।
ਬੋਡੀ ਆਪਣੇ ਆਪ ਨੂੰ ਬਚਾਉਣ ਵਾਸਤੇ ਇਮੀਡੀਏਟਲੀ ਕੈਲਸ਼ੀਅਮ ਨੂੰ, ਜਿਵੇਂ ਮੈਂ ਪਹਿਲੇ ਦੱਸਿਆ, ਬੋਨ ਵਿੱਚੋਂ ਕੱਢ ਲੈਂਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਬਚਾ ਸਕੇ। ਅਗਰ ਅਸੀਂ ਨੂੰ ਲੈਬ ਵਿੱਚ ਐਕਸਪੈਰੀਮੈਂਟ ਕਰਨੇ, ਅਸੀਂ ਕੀ ਕਰਦੇ ਹੁੰਦੇ ਹਾਂ, ਕੋਈ ਐਸਿਡਿਕ ਚੀਜ਼ ਲਿੱਤੀ, ਉਹ ਜਿਵੇਂ ਹੀ ਐਸਿਡ ਹੈ ਅਸੀਂ ਉਹਦੇ 'ਚ ਨਿਊਟਰਲਾਈਜ਼ ਕਰਨ ਵਾਸਤੇ ਅਲਕਲਾਈਨ ਮਿਲਾ ਦਿੰਦੇ ਹਾਂ। ਪਰ ਬੋਡੀ ਦਾ ਜਿਹੜਾ ਬੈਸਟ ਅਲਕਲਾਈਨ ਹੈਗਾ ਉਹ ਕੈਲਸ਼ੀਅਮ ਹੈ ਜੀ। ਉਹ ਜਦੋਂ ਹੀ ਅਸੀਂ ਦੁੱਧ ਪੀਤਾ, ਬੋਨ ਵਿੱਚੋਂ ਕੈਲਸ਼ੀਅਮ ਨਿਕਲ ਜਾਂਦਾ, ਜਦੋਂ ਸਲਫਰ ਉਹਨੇ ਰਿਲੀਜ਼ ਕੀਤਾ ਤਾਂ ਕੈਲਸ਼ੀਅਮ ਨਿਕਲ ਜਾਂਦਾ, ਅਤੇ ਜਿਹੜੀ ਸਾਡੀ ਬੋਨ ਹੈ ਉਹ ਡੀਜਨਰੇਟ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਸਭ ਤੋਂ ਪਹਿਲੇ ਤਾਂ ਜਿਹਨੂੰ ਵੀ ਬੋਨ ਦੀ ਇਹ ਪ੍ਰੋਬਲਮ ਹੈ ਉਹਨੂੰ ਦੁੱਧ ਛੱਡ ਦੇਣਾ ਚਾਹੀਦਾ ਜੀ, ਬਿਲਕੁਲ। ਔਰ ਸੈਕਿੰਡ ਜਿਹੜੀ ਇੰਪੋਰਟੈਂਟ ਚੀਜ਼ ਹੈ, ਚੀਨੀ। ਚੀਨੀ ਵੀ ਐਸਿਡਿਕ ਹੈ ਸਾਡੀ, ਚੀਨੀ ਦਾ ਸਾਡੇ ਕਿਚਨ ਵਿੱਚ ਬਹੁਤ ਅੱਛਾ ਵਿਕਲਪ ਹੈ ਗੁੜ, ਜੈਗਰੀ ਜਿਹਨੂੰ ਆਪਾਂ ਕਹਿੰਦੇ ਹਾਂ, ਤੁਸੀਂ ਜੈਗਰੀ ਦਾ ਯੂਜ਼ ਕਰੋ, ਚੀਨੀ ਨੂੰ ਛੱਡ ਦਿਓ, ਤੁਹਾਨੂੰ ਓਸਟੀਓਪੋਰੋਸਿਸ ਨਹੀਂ ਹੋਏਗਾ। ਥਰਡ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਆਇਓਨਾਈਜ਼ਡ ਸੋਲਟ, ਸਫੇਦ ਨਮਕ ਜਿਹਨੂੰ ਆਪਾਂ ਕਹਿੰਦੇ ਹਾਂ। ਇਹਦਾ ਵੀ ਤੁਹਾਡੀ ਕਿਚਨ ਵਿੱਚ ਹੀ ਸਬਸਟੀਚਿਊਟ ਪਿਆ, ਸੈਂਦਾ ਨਮਕ। ਆਇਓਨਾਈਜ਼ ਸਾਲਟ ਤੁਸੀਂ ਛੱਡ ਦਿਓ, ਸੈਂਦੇ ਨਮਕ ਨੂੰ ਤੁਸੀਂ ਯੂਜ਼ ਕਰੋ। ਤਿੰਨ ਚੀਜ਼ਾਂ ਮੈਂ ਦੱਸੀਆਂ, ਤਿੰਨੋਂ ਹੀ ਵਾਈਟ ਚੀਜ਼ਾਂ। ਸਫੇਦ ਦੁੱਧ ਛੱਡਣਾ, ਸਫੇਦ ਚੀਨੀ ਛੱਡਣੀ ਹੈ, ਸਫੇਦ ਨਮਕ ਛੱਡਣਾ। ਦੁੱਧ ਦਾ ਵਿਕਲਪ ਸਾਡੇ ਕੋਲ ਨਹੀਂ ਹੈ, ਇੱਕ ਹੋਮ ਰੈਮੇਡੀ ਹੈ, ਉਹ ਮੈਂ ਤੁਹਾਨੂੰ ਦੱਸਾਂਗਾ, ਉਹਦਾ ਟੇਸਟ ਬਿਲਕੁਲ ਦੁੱਧ ਜਿਵੇਂ ਦਾ ਹੁੰਦਾ, ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਸੈਕਿੰਡ ਜਿਹੜਾ ਚੀਨੀ ਹੈ ਸਫੇਦ, ਉਹਨੂੰ ਛੱਡ ਕੇ ਗੁੜ ਦਾ ਯੂਜ਼ ਕਰੋ। ਥਰਡ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਹੈਗੀ ਆਇਓਨਾਈਜ਼ ਸੋਲਟ, ਸਫੇਦ ਨਮਕ, ਉਹਨੂੰ ਛੱਡ ਕੇ ਸੈਂਦਾ ਨਮਕ ਯੂਜ਼ ਕਰੋ। ਜਦੋਂ ਇਹ ਤਿੰਨੋਂ ਚੀਜ਼ਾਂ ਤੁਸੀਂ ਯੂਜ਼ ਕਰਨੀ ਸ਼ੁਰੂ ਕਰ ਦੋਗੇ, ਤੁਹਾਡਾ ਓਸਟੀਓਪੋਰੋਸਿਸ ਘੱਟ ਜਾਏਗਾ, ਓਸਟੀਓਪੋਰੋਸਿਸ ਘਟੇਗਾ, ਤੁਹਾਡਾ ਅਰਥਰਾਈਟਿਸ ਘੱਟ ਜਾਏਗਾ, ਪੇਨ ਘੱਟ ਜਾਏਗੀ। ਸਾਡੇ ਕੋਲ ਬਹੁਤ ਐਸੇ ਪੇਸ਼ੈਂਟਸ ਆਉਂਦੇ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮਸ ਹੈ, ਸਿਰਫ ਅਸੀਂ ਇਹ ਤਿੰਨ ਚੀਜ਼ਾਂ ਉਹਨਾਂ ਦੀ ਬਦਲਨੇ ਆ। ਅਤੇ ਸਾਡੇ ਕੁਛ ਐਸੇ ਸਪਲੀਮੈਂਟਸ ਹੈਗੇ, ਹੈਲਥ ਸਪਲੀਮੈਂਟਸ, ਜਿਨ੍ਹਾਂ ਨੂੰ ਅਸੀਂ ਐਡ ਕਰਨੇ ਆ, ਜਿਹੜੇ ਓਸਟੀਓਪੋਰੋਸਿਸ ਦੀ ਜਿਹੜੀ ਚੀਜ਼ਾਂ ਹੋ ਰਹੀਆਂ ਬੋਡੀ ਦੇ ਅੰਦਰ, ਮੈਕਨਿਜ਼ਮ ਨੈਚੁਰਲੀ ਹੋ ਰਿਹਾ, ਉਹਨੂੰ ਰੋਕਦੇ ਆ। ਦੇ ਆਰ ਜਸਟ ਹੈਲਥ ਸਪਲੀਮੈਂਟਸ, ਉਹ ਮੈਡੀਸਨ ਨਹੀਂ ਹੈ ਜੀ। ਉਹ ਉਸ ਚੀਜ਼ ਨੂੰ ਐਡ ਕਰਦੀ ਹੈ ਕਿ ਕੈਲਸ਼ੀਅਮ ਬੋਡੀ ਤੋਂ ਨਾ ਨਿਕਲੇ। ਜਦੋਂ ਤੁਸੀਂ ਜੜ੍ਹ ਨੂੰ ਹੀ ਫੜ ਲਿਆ, ਕੈਲਸ਼ੀਅਮ ਨਿਕਲਣਾ ਹੀ ਬੰਦ ਹੋ ਗਿਆ ਬੋਨ ਵਿੱਚੋਂ, ਤੇ ਤੁਸੀਂ ਓਸਟੀਓਆਰਥਰਾਈਟਿਸ ਦੀ ਪ੍ਰੋਬਲਮ ਨੂੰ ਬਿਲਕੁਲ ਠੀਕ ਕਰ ਲਓਗੇ ਜੀ। ਉਹ ਹੈਲਥ ਸਪਲੀਮੈਂਟਸ ਯੂਜ਼ ਕਰਕੇ 3 ਤੋਂ 4 ਮਹੀਨੇ ਦੇ ਅੰਦਰ ਪੇਸ਼ੈਂਟ ਸਾਨੂੰ ਇਹ ਕਹਿ ਦਿੰਦਾ ਕਿ ਮੈਂ ਹੁਣ ਬਿਲਕੁਲ ਠੀਕ ਹਾਂ। ਠੀਕ ਦੀ ਡੈਫੀਨੇਸ਼ਨ ਇੱਕ ਹੀ ਹੈ, ਜਿਹੜਾ ਮਰੀਜ਼ ਸਾਡੇ ਕੋਲ ਆਉਂਦਾ ਉਹ 10 ਕਦਮ ਨਹੀਂ ਚੱਲ ਸਕਦਾ, ਉਹ 1-1 ਕਿਲੋਮੀਟਰ ਚੱਲ ਲੈਂਦਾ। ਜਿਹਨੂੰ ਪੇਨ ਹੋ ਰਹੀ ਸੀ ਉਹ ਪੇਨ ਹਟ ਗਈ, ਜਿਹਨੂੰ ਗੋਡਿਆਂ 'ਚ ਸੋਜਿਸ਼ ਸੀ ਸੋਜਿਸ਼ ਹਟ ਗਈ, ਸਰੀਰ 'ਚ ਥਕਾਵਟ ਸੀ ਉਹ ਹਟ ਗਈ। ਜਦੋਂ ਵੀ ਅਸੀਂ ਗੱਲ ਕਰਨੇ ਆ ਨਾ ਓਸਟੀਓਪੋਰੋਸਿਸ ਦੀ ਜਾਂ ਇਸ ਚੀਜ਼ ਦੀ, ਜਦੋਂ ਵੀ ਅਸੀਂ ਕੈਲਸ਼ੀਅਮ ਦੀ ਗੱਲ ਕਰਨੇ ਆ, ਦੁੱਧ ਦੀ ਗੱਲ ਕਰਨੇ ਆ, ਇਹਨਾਂ ਨੂੰ ਅਗਰ ਅਸੀਂ ਡਾਇਰੈਕਟ ਰਿਲੇਸ਼ਨ ਦੇਖੀਏ, ਤੁਸੀਂ ਦੇਖੋ ਅਸੀਂ ਸਟੱਡੀ ਕੀਤੀ, ਉਹਦੇ 'ਚ ਕੀ ਹੈ, ਪੂਰੇ ਵਰਲਡ ਦਾ ਅਸੀਂ ਸਰਵੇ ਕੀਤਾ, ਉਹਦੇ ਸਾਨੂੰ ਪਤਾ ਲੱਗਿਆ ਕਿ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਦੁੱਧ ਪੀਤਾ ਜਾਂਦਾ, ਜਪਾਨ ਚਾਈਨਾ ਦੁੱਧ ਦਾ ਯੂਜ਼ ਨਹੀਂ ਕਰਦਾ। ਸਭ ਤੋਂ ਜ਼ਿਆਦਾ ਗੋਡਿਆਂ ਦੀ ਦਰਦ, ਜੋੜਾਂ ਦੀ ਦਰਦ ਹਿੰਦੁਸਤਾਨ 'ਚ ਹੈ। ਇਹ ਗੱਲ ਸਾਨੂੰ ਹਜਮ ਹੀ ਨਹੀਂ ਹੁੰਦੀ ਕਿ ਦੁੱਧ ਪੀ ਕੇ ਕੈਲਸ਼ੀਅਮ ਕਿਉਂ ਘੱਟ ਰਿਹਾ, ਪਰ ਸੱਚਾਈ ਇਹ ਹੈ, ਤੁਸੀਂ ਅਗਰ ਕਿਸੇ ਨੂੰ ਬੋਨਸ ਦੀ ਪ੍ਰੋਬਲਮ ਹੈ, ਉਹ ਅਗਰ ਮਿਲਕ ਛੱਡ ਦਿੰਦਾ, ਉਹਦੀ ਬੋਨ ਦੁਬਾਰਾ ਸਟਰੋਂਗ ਹੋਣ ਲੱਗ ਜਾਂਦੀ ਹੈ ਅਤੇ ਬੋਡੀ ਐਕਟਿਵ ਹੋ ਜਾਂਦੀ ਹੈ ਉਹਦੀ। ਸਭ ਤੋਂ ਪਹਿਲਾ ਸਿਸਟਮ ਸਾਨੂੰ ਜਿਹੜਾ ਆਉਂਦਾ ਇਸ ਚੀਜ਼ 'ਚ, ਉਹ ਆਉਂਦਾ ਸਾਨੂੰ ਥਕਾਵਟ ਰਹਿਣ ਲੱਗ ਜੇ ਕੈਲਸ਼ੀਅਮ ਜਦੋਂ ਘੱਟਦਾ। ਜਿਵੇਂ ਹੀ ਤੁਹਾਨੂੰ ਥਕਾਵਟ ਰਹਿਣ ਲੱਗ ਗਈ, ਤੁਸੀਂ ਏਜ ਦੇ ਹਿਸਾਬ ਨਾਲ, ਜਿਵੇਂ 45 ਸਾਲ ਦੀ ਉਮਰ ਜਦੋਂ ਲੇਡੀਜ਼ ਦੀ ਹੁੰਦੀ ਹੈ, ਇੱਕ ਨੈਚੁਰਲ ਸਾਈਕਲ ਹੈ, ਉਹਨੂੰ ਮੀਨੋਪੋਜ਼ ਹੋ ਜਾਂਦਾ, ਜਿਹੜਾ ਮਹੀਨਾ ਆਉਂਦਾ ਉਹ ਬੰਦ ਹੋ ਜਾਂਦਾ, ਉਹਨੂੰ ਅਸੀਂ ਮੀਨੋਪੋਜ਼ ਕਹਿੰਦੇ ਹਾਂ। ਜਦੋਂ ਬੰਦ ਹੁੰਦਾ, ਸਾਡੀ ਬੋਡੀ ਐਸੇ ਹਾਰਮੋਨਸ ਰਿਲੀਜ਼ ਕਰਦੀ ਹੈ
ਜਿਹਦੇ ਨਾਲ ਬੋਨ ਸਾਡੀ ਭੁਰਨ ਲੱਗ ਜਾਂਦੀ ਹੈ, ਜਿਹਨੂੰ ਆਸਟੀਓਪੋਰੋਸਿਸ ਕਹਿ ਰਹੇ ਹਾਂ ਅਸੀਂ, ਉਹ ਭੁਰਦੀਆਂ, ਉਹਨੂੰ ਰੋਕਣ ਵਾਸਤੇ ਅਸੀਂ ਕੀ ਕਰਨਾ, ਇੱਧਰੋਂ ਦੁੱਧ ਬੰਦ ਕਰੋ, ਇੱਧਰੋਂ ਉਹ ਡਾਇਟ ਸ਼ੁਰੂ ਕਰੋ ਜਿਹੜੀ ਡਾਇਟ ਕੈਲਸ਼ੀਅਮ ਨੂੰ ਨੈਚੁਰਲੀ ਵਧਾਉਂਦੀ ਹੈ, ਉਹ ਸ਼ੁਰੂ ਕਰੋ, ਤੁਹਾਨੂੰ ਇਹ ਪ੍ਰੋਬਲਮ ਆਉਣੀ ਬੰਦ ਹੋ ਜਾਏਗੀ ਜੀ। ਔਰ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ, ਔਰ ਜੇ ਤੁਹਾਨੂੰ ਵੀ ਕਿਸੇ ਨੇ ਸੁਜੈਸਟ ਕੀਤਾ ਹੈ ਕਿ ਗੋਡਿਆਂ ਦੀ ਸਰਜਰੀ ਕਰਾ ਲਓ, ਤਾਂ ਇੱਕ ਵਾਰ ਜ਼ਰੂਰ ਸਕਰੀਨ ਦੇ ਉੱਪਰ ਜਿਹੜਾ ਨੰਬਰ ਦਿੱਤਾ ਜਾ ਰਿਹਾ ਉੱਥੇ ਕਾਲ ਕਰਕੇ ਆਪਣੀ ਰਿਪੋਰਟਸ ਤੁਸੀਂ ਡਾਕਟਰ ਵਿਵੇਕ ਨੂੰ ਵਿਖਾਓ, ਤਾਂ ਕਿ ਤੁਸੀਂ ਇਲਾਜ ਪ੍ਰੋਪਰਲੀ ਕਰਾਓ, ਤੁਹਾਨੂੰ ਗੋਡੇ ਰਿਪਲੇਸ ਕਰਾਉਣ ਦੀ ਲੋੜ ਹੀ ਨਾ ਪਵੇ। ਜਿਹੜੇ ਲੋਕ ਵਿਦੇਸ਼ ਦੇ ਵਿੱਚ ਰਹਿੰਦੇ ਨੇ ਉਹ ਵੀ ਇਸ ਨੰਬਰ ਦੇ ਉੱਪਰ ਕਾਲ ਕਰਕੇ ਵਟਸਐਪ ਦੇ ਜ਼ਰੀਏ ਆਪਣੀ ਰਿਪੋਰਟ ਸੈਂਡ ਕਰਕੇ ਡਾਕਟਰ ਵਿਵੇਕ ਤੋਂ ਪ੍ਰੋਪਰ ਸੁਜੈਸ਼ਨ ਲੈ ਸਕਦੇ ਨੇ, ਮੈਡੀਸਨਸ ਮੰਗਵਾ ਸਕਦੇ ਨੇ।